ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਮੈਂ ਬਲਵੀਰ ਸਿੰਘ ਜੜੀਆ, ਪਿੰਡ ਧਰਮਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਕਿਸਾਨ ਵੀਰੋ, ਅੱਜ ਸਾਡੇ ਕੋਲ ਪੰਜਾਬ ਦੇ ਸਾਬਕਾ ਪ੍ਰਧਾਨ ਸਰਦਾਰ ਦਲੇਰ ਸਿੰਘ ਮੀਆਂਪੁਰ ਜੀ ਆਏ ਨੇ ਅਤੇ ਪ੍ਰਧਾਨ ਜੀ ਦੱਸ ਰਹੇ ਨੇ ਵੀ ਜਿਹੜਾ ਸੜਕਾਂ ਦੇ ਉੱਤੇ ਲੰਘਣਾ ਅੱਜ ਕੱਲ੍ਹ ਬੜਾ ਔਖਾ ਹੋਇਆ ਪਿਆ। ਜਿਹੜੇ ਸੜਕਾਂ ਨੇ ਉਹ ਬਹੁਤ ਤੰਗ ਨੇ ਅਤੇ ਉਹਦੇ ਜਿਹੜੇ ਦਰੱਖਤ ਲਾਏ ਜਾਂਦੇ ਨੇ ਉਹ ਝਾੜੀਦਾਰ ਦਰੱਖਤ ਲਾਏ ਜਾਂਦੇ ਨੇ ਜਿਹੜੇ ਸੜਕ ਦੇ ਉੱਤੇ ਆ ਜਾਂਦੇ ਨੇ, ਅਤੇ ਲੰਘਣਾ ਕਿਸਾਨ ਵੀਰੋ ਬੜਾ ਔਖਾ ਹੋਇਆ ਪਿਆ। ਅਤੇ ਪ੍ਰਧਾਨ ਜੀ ਦਾ ਇਹ ਸੁਝਾਅ ਹੈ ਵੀ ਜਿਹੜੀਆਂ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੇ, ਨਹਿਰਾਂ ਨੇ, ਸੂਏ ਨੇ, ਜਿੱਥੇ ਬਹੁਤ ਸੜਕਾਂ ਚੌੜੀਆਂ ਨੇ ਜਾਂ ਖਾਲੀ ਜਗ੍ਹਾ, ਉਹ ਜਗ੍ਹਾ 'ਤੇ ਦਰੱਖਤ ਲੱਗਣੇ ਚਾਹੀਦੇ ਨੇ। ਅਤੇ ਪ੍ਰਧਾਨ ਜੀ ਕਹਿ ਰਹੇ ਨੇ ਵੀ ਪਿਛਲੇ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਜਿਹੜੀਆਂ ਸ਼ਾਮਲਾਟਾਂ 'ਤੇ ਉਹਦੇ 'ਚ ਸਾਰੇ ਦਰੱਖਤ ਹੀ ਹੁੰਦੇ ਸੀਗੇ, ਅਤੇ ਜਦੋਂ ਫਿਰ ਇਹ ਵੀਡੀਓ ਦਫ਼ਤਰ ਬਣ ਗਏ ਅਤੇ ਅਸੀਂ ਇਹ ਸਾਰੇ ਦਰੱਖਤ ਪੱਟ ਕੇ ਚਾਲੂ ਕਰ ਲਏ। ਅਤੇ ਪ੍ਰਧਾਨ ਜੀ ਦਾ ਇਹ ਸੁਝਾਅ ਹੈ ਵੀ ਜਿਹੜੇ ਪਿੰਡਾਂ ਦੇ ਸ਼ਾਮਲਾਤ ਜ਼ਮੀਨਾਂ ਨੇ ਉਹਦੇ 'ਚ ਫਿਰ ਨਵੇਂ ਸਿਰੇ ਉਹ ਕੁਛ ਰਾਖਵੇਂ ਤੋਂ ਉੱਤੇ ਦਰੱਖਤ ਲੱਗਦੇ ਲੱਗਣੇ ਚਾਹੀਦੇ ਨੇ, ਤਾਂ ਕਿ ਜਿਹੜੀ ਸੜਕਾਂ ਦੇ ਉੱਤੇ ਨੇ ਦਰੱਖਤ ਲੱਗਣੇ ਚਾਹੀਦੇ ਉਹ ਬਹੁਤ ਛੋਟੇ ਦਰੱਖਤ, ਅਤੇ ਉੱਤੇ ਨੂੰ ਜਾਣ ਉੱਤੇ ਬਿਜਲੀ ਦੀਆਂ ਕਿਸਾਨ ਵੀਰੋ ਤਾਰਾਂ ਨੇ, ਜਿਹੜੀਆਂ ਤਾਰਾਂ ਨੇ ਉਹ ਬੜਾ ਦਰੱਖਤਾਂ ਨੂੰ ਤੰਗ ਕਰਦੀਆਂ ਨੇ, ਫਿਰ ਉਹ ਬਿਜਲੀ ਵਾਲੇ ਕੱਟਣ ਲੱਗ ਜਾਂਦੇ ਨੇ, ਇਸ ਕਰਕੇ ਜਾਂ ਤਾਂ ਉੱਥੇ ਫਿਰ ਕੇਬਲਾਂ ਵਗੈਰਾ ਪੈ ਜਾਣ। ਅਤੇ ਪ੍ਰਧਾਨ ਜੀ ਇਹ ਸੁਝਾਅ ਦੇ ਰਹੇ ਜਿਹੜੇ ਪਿੰਡਾਂ ਦੀਆਂ ਸ਼ਾਮਲਾਟਾਂ ਨੇ ਉੱਥੇ ਦਰੱਖਤ ਲਾ ਦੇਣੇ ਚਾਹੀਦੇ। ਇਸ ਤਰ੍ਹਾਂ ਹੈ ਜੀ, ਆ ਜੜੀਆ ਸਾਹਿਬ ਨੇ ਜਿਹੜੀ ਗੱਲ ਦੱਸੀ ਹੈ ਬਿਲਕੁਲ ਇਹ ਠੀਕ ਹੈ ਵੀ ਇਸ ਟਾਈਮ ਸਾਨੂੰ ਜੰਗਲਾਂ ਹੇਠ ਰਕਬਾ ਵਧਾਉਣ ਦੀ ਬੜੀ ਲੋੜ ਹੈ। ਜਿਹੜਾ ਵਾਤਾਵਰਨ ਹੈ ਜਿਹੜਾ ਸਾਡਾ ਉਹ ਪਲੀਤ ਹੋ ਰਿਹਾ ਦਿਨੋਂ ਦਿਨ, ਪਾਣੀ ਸਾਡਾ ਪਲੀਤ ਹੋ ਰਿਹਾ, ਹਵਾ ਸਾਡੀ ਸ਼ੁੱਧ ਨਹੀਂ ਰਹੀ, ਅਤੇ ਖਾਸ ਤੌਰ 'ਤੇ ਸਾਡਾ ਤਾਂ ਬੜਾ ਚਿੰਤਾਜਨਕ ਹੈ। ਜਿੰਨੇ ਸਾਨੂੰ ਚਾਹੀਦੇ ਨੇ ਦਰੱਖਤ, ਅਸੀਂ ਤਾਂ 5-6% 'ਤੇ ਹੀ ਖੜ੍ਹੇ ਹਾਂ। ਇਹ ਤਾਂ ਇਹਨੂੰ ਪੂਰਾ ਕਰਨ ਵਾਸਤੇ ਕੋਈ ਸਮਾਂ ਸੀਗਾ ਜਦੋਂ ਹਰ ਪਿੰਡ ਦੇ ਵਿੱਚ ਇੱਕ ਝਿੜੀ ਹੁੰਦੀ ਸੀਗੀ, ਖੁੱਲ੍ਹੇ ਦਰੱਖਤ ਹੁੰਦੇ ਸੀ, ਹਰ ਖੇਤ ਦੇ ਵਿੱਚ ਕੋਈ ਟਾਹਲੀ ਵਾਲਾ ਖੇਤ, ਕੋਈ ਬੇਰੀ ਵਾਲਾ ਖੇਤ, ਕੋਈ ਤੂਤ ਵਾਲਾ ਖੇਤ, ਖੇਤਾਂ ਦੇ ਵਿੱਚ ਵੀ ਦਰੱਖਤ ਹੁੰਦੇ ਸੀ। ਅਸੀਂ ਉਹ ਤਾਂ ਪੱਟੇ ਹੀ ਦਿੱਤੇ, ਅਸੀਂ ਤਾਂ ਵੱਟਾਂ ਤੋਂ ਵੀ ਪੱਟ 'ਤੇ ਜੀਰੀ ਜਦੋਂ ਲਾਉਣ ਲੱਗਿਆਂ ਜਦ ਤੋਂ ਇਹ ਸਾਰੇ ਦਰੱਖਤ ਪੱਟੇ ਗਏ। ਇਸੇ ਤਰ੍ਹਾਂ ਸ਼ਾਮਲਾਤਾਂ ਦੇ ਵਿੱਚ ਵੀ ਸਾਡੇ ਦਰੱਖਤ ਬਹੁਤ ਹੁੰਦੇ ਸੀਗੇ, ਉਹ ਵੀ ਪੱਟ ਕੇ ਬਈ ਜ਼ਮੀਨਾਂ ਚਾਲੂ ਕਰ ਲਈਆਂ। ਅਤੇ ਹੁਣ ਸਾਨੂੰ ਇਹ ਜੰਗਲਾਤ ਦੀ ਜਿਹੜੀ ਪ੍ਰੋਬਲਮ ਹੈ ਵਾਤਾਵਰਨ ਸ਼ੁੱਧ ਕਰਨ ਵਾਸਤੇ ਬਹੁਤ ਵੱਡੀ ਹੈ। ਇਸ ਟਾਈਮ ਤਾਂ ਇੱਕ ਬਹੁਤ ਜ਼ਰੂਰੀ ਵਿਸ਼ਾ ਬਣ ਗਿਆ। ਅਸੀਂ ਤਾਂ ਇੱਥੋਂ ਤੱਕ ਵੀ ਸੁਝਾਉ ਦਿੰਦੇ ਹਾਂ ਵੀ ਜੇ ਇਹਨੂੰ ਪੂਰਾ ਕਰਨਾ ਰਕਬੇ ਨੂੰ, ਜਿਹੜੀਆਂ ਸੜਕਾਂ ਨੇ ਖੁੱਲ੍ਹੇ ਥਾਂ ਨੇ ਉੱਥੇ ਵੀ ਇਹ ਬੂਟੇ ਲੱਗਣੇ ਚਾਹੀਦੇ ਨੇ। ਜਿਹੜੀਆਂ ਹੁਣ ਲਿੰਕ ਸੜਕਾਂ ਨੇ ਲੱਗਦੇ ਤਾਂ ਹੈਗੇ ਨੇ ਬੂਟੇ, ਉੱਥੇ ਸਾਡੇ ਨਰੇਗਾ ਵਾਲਿਆਂ ਨੂੰ ਬੂਟੇ ਦੇ ਦਿੰਦੇ ਨੇ, ਪਰ ਜ਼ਿੰਮੇਵਾਰ ਕੋਈ ਉੱਥੇ ਅਫਸਰ ਕਿਸੇ ਮਹਿਕਮੇ ਦਾ ਅਧਿਕਾਰੀ ਇਹ ਹੋਣਾ ਚਾਹੀਦਾ ਜਿਹੜਾ ਇੱਕ ਤਾਂ ਇਹ ਦੇਖੇ ਵੀ ਰਕਬਾ ਜਿੱਥੇ ਬੁਰਜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਸਿਹਤ 'ਤੇ ਬੂਟੇ ਲੱਗ ਜਾਣ। ਅਤੇ ਕਈ ਵਾਰ ਤਾਂ ਉਹ ਬੂਟੇ ਉਹ ਸੜਕ ਦੇ ਜਮੀ ਕੰਢੇ 'ਤੇ ਹੀ ਲੱਗ ਜਾਂਦੇ ਨੇ, ਸੜਕਾਂ ਬਹੁਤ ਤੰਗ ਨੇ। ਹੁਣ ਟਰਾਲੀਆਂ, ਟਰੈਕਟਰ, ਕੰਬਾਈਨਾਂ ਜਦੋਂ ਲੰਘਦੇ ਨੇ ਬੜੀ ਪ੍ਰੋਬਲਮ ਆਉਂਦੀ ਹੈ, ਫਿਰ ਇਹ ਕੱਟੇ ਜਾਂਦੇ ਨੇ, ਫਿਰ ਇਹਦੇ ਵਾਸਤੇ ਵੀ ਬੜਾ ਵਿਵਾਦ ਪੈਦਾ ਹੁੰਦਾ। ਇਸ ਕਰਕੇ ਇੱਕ ਤਾਂ ਇਹ ਜ਼ਿੰਮੇਵਾਰ ਬੰਦੇ ਉੱਥੇ ਰਹਿ ਕੇ ਸਹੀ ਜਗ੍ਹਾ 'ਤੇ ਲਵਾਉਣ ਬੂਟੇ, ਇੱਕ ਅਸੀਂ ਸਰਕਾਰ ਤੋਂ ਹਮੇਸ਼ਾ ਹੀ ਮੰਗ ਕਰਦੇ ਹਾਂ ਵੀ ਇਹ ਜਿਹੜੇ ਬੂਟੇ ਨੇ ਸੜਕਾਂ ਦੇ ਕੰਢੇ 'ਤੇ ਇਹ ਜਿਹੜਾ ਮਾਲਕ ਹੈ ਖੇਤ ਦਾ ਇਹਦੇ ਵਿੱਚ ਵੀ ਉਹਨਾਂ ਦਾ ਹਿੱਸਾ ਹੋਣਾ ਚਾਹੀਦਾ, ਤਾਂ ਕਿ ਉਹ ਇਹਨੂੰ ਬਹੁਤ ਆਪਣੀ ਦਿਲਚਸਪੀ ਦੇ ਨਾਲ ਬੂਟੇ ਨੂੰ ਪਾਲੇ ਅਤੇ ਉਹਦੀ ਹਿਫਾਜ਼ਤ ਵੀ ਕਰੇ। ਇਸੇ ਤਰ੍ਹਾਂ ਪੰਚਾਇਤਾਂ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਵੀ ਪੰਚਾਇਤੀ ਰਕਬਾ ਹੈ, ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਨੇ ਬਹੁਤ ਜ਼ਿਆਦਾ, ਉਹ ਰੇਸ਼ੋ ਦੇ ਮੁਤਾਬਕ ਜਿੰਨੀ ਜ਼ਮੀਨ ਹੈ ਉਸ ਪਿੰਡ ਦੀ ਪੰਚਾਇਤ ਦੀ, ਉਹਦੇ ਵਿੱਚੋਂ ਕੁਛ ਪਰਸੈਂਟੇਜ ਹੈ ਜਿਹੜੀ ਉਹ ਜੰਗਲ ਵਾਸਤੇ ਰਾਖਵਾਂ ਰੱਖਣਾ ਚਾਹੀਦਾ, ਔਰ ਇਹ ਕੰਪਲਸ਼ਨ ਹੋਣੀ ਚਾਹੀਦੀ ਹੈ ਵੀ ਇੱਥੇ ਜੰਗਲ ਲੱਗਣਾ ਚਾਹੀਦਾ, ਔਰ ਇਹਦੇ ਨਾਲ ਅਸੀਂ ਦਿਨਾਂ ਦੇ ਵਿੱਚ ਇਹ ਟੀਚਾ ਪੂਰਾ ਕਰ ਸਕਦੇ ਹਾਂ। ਇਹ ਸਾਡਾ ਸੁਝਾਉ ਹੈ ਵੀ ਔਰ ਇਹ ਜਿਹੜੇ ਬੂਟੇ ਲੱਗਦੇ ਨੇ ਸਿਰਫ ਫੋਟੋਆਂ ਖਿਚਾਉਣ ਤੱਕ ਨਾ ਹੋਣ, ਇਹਨਾਂ ਨੂੰ ਪਾਲਣ ਤੱਕ ਦਾ ਵੀ ਜ਼ਿੰਮਾ ਹੋਣਾ ਚਾਹੀਦਾ। ਇਹ ਸਾਡੀ ਸਾਰੀ ਸਮਾਜਿਕ ਤੌਰ 'ਤੇ ਵੀ ਜ਼ਿੰਮੇਵਾਰੀ ਬਣਦੀ ਹੈ, ਸਾਰੇ ਨਾਗਰਿਕਾਂ ਦੀ ਵੀ ਅਤੇ ਸਾਡੇ ਜਿਹੜੇ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨੇ ਉਹਨਾਂ ਨੂੰ ਵੀ ਇਹਦੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ, ਪ੍ਰਸ਼ਾਸਨ ਨੂੰ ਵੀ। ਅਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜੰਗਲ ਥੱਲੇ ਰਕਬਾ ਵਧਾਇਆ ਜਾਵੇ, ਦਰੱਖਤ ਵੱਧ ਤੋਂ ਵੱਧ ਲਾਏ ਜਾਣ, ਤਾਂ ਕਿ ਸਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੈ
ਇਹ ਵਾਤਾਵਰਨ ਪੁਲੀਤ ਹੋ ਰਿਹਾ, ਇਹ ਸ਼ੁੱਧ ਹੋ ਸਕੇ, ਹਵਾ ਪਾਣੀ ਸਾਨੂੰ ਸ਼ੁੱਧ ਮਿਲ ਸਕੇ। ਸਾਂਗਿਓ ਪ੍ਰਧਾਨ ਜੀ ਦਾ ਇਹ ਵੀ ਸੁਝਾਅ ਹੈਗਾ ਵੀ ਜਿਹੜੇ ਦਰੱਖਤ ਨੇ ਇੱਕ ਲਾਈਨ ਦੇ ਵਿੱਚ ਲੱਗਣ, ਰੱਸੀ ਬੰਨ੍ਹ ਕੇ ਲੱਗਣ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਰਿਕਮੈਂਡੇਸ਼ਨ ਹੈ ਵੀ ਦਰੱਖਤ ਤੋਂ ਦਰੱਖਤ ਦਾ ਫਾਸਲਾ ਕਿੰਨਾ ਚਾਹੀਦਾ, ਉਸ ਤਰ੍ਹਾਂ ਲੱਗਣੇ ਚਾਹੀਦੇ ਨੇ। ਜਦੋਂ ਅਸੀਂ ਦਰੱਖਤਾਂ ਦੇ ਨੇੜੇ ਨੇੜੇ ਦਰੱਖਤ ਲਾਉਂਦੇ, ਦਰੱਖਤ ਜਿਹੜੇ ਉਹ ਝੁਕਣੇ ਸ਼ੁਰੂ ਹੋ ਜਾਂਦੇ ਨੇ। ਸਾਂਗਿਓ ਜਿਹੜਾ ਵੱਡਾ ਦਰੱਖਤ ਆ, ਛੋਟੇ ਦਰੱਖਤ ਨੂੰ ਝੁਕਾ ਦਿੰਦਾ, ਉਹ ਜਿਹੜਾ ਦਰੱਖਤ ਆ ਜਾਂ ਤਾਂ ਫਿਰ ਕਿਸਾਨ ਦੇ ਖੇਤ 'ਚ ਜਾਊਗਾ ਜਾਂ ਫਿਰ ਉਹ ਛੱਡ ਤੇ ਜਾਊਗਾ, ਉਹ ਬਹੁਤ ਵੱਡੇ ਐਕਸੀਡੈਂਟ ਦਾ ਕਾਰਨ ਬਣਦੇ ਨੇ। ਦੂਜਾ ਬਿਜਲੀ ਦੇ ਜਿਹੜੇ ਤਾਰਾਂ ਨੇ, ਕਿਸਾਨ ਵੀਰੋ, ਉੱਥੇ ਹੀ ਦੋਨੇ ਪਾਸੇ ਪੈਸੇ ਦੇ ਬਿਜਲੀ ਦੀਆਂ ਤਾਰਾਂ ਨਿਕਲੀਆਂ ਨੇ, ਉੱਥੇ ਹੀ ਦਰੱਖਤ ਲੱਗੇ ਨੇ। ਉਸ ਜਗ੍ਹਾ 'ਤੇ ਜਾਂ ਤਾਂ ਕੇਬਲਾਂ ਪਾ ਦੇਵੇ ਪੰਜਾਬ ਸਰਕਾਰ, ਨਹੀਂ ਤਾਂ ਫਿਰ ਇਸ ਤਰ੍ਹਾਂ ਦੇ ਦਰੱਖਤ ਲਾਏ ਜਾਣ ਜਿਹੜੇ ਤਾਰਾਂ ਨੂੰ ਟੱਚ ਨਾ ਕਰ। ਬਹੁਤ ਸਾਰੇ ਇਸ ਤਰ੍ਹਾਂ ਦਰੱਖਤ ਹੈਗੇ ਨੇ ਜਿਹੜੇ ਖੂਬਸੂਰਤ ਵੀ ਹੈਗੇ ਨੇ, ਫੁੱਲ ਵੀ ਦਿੰਦੇ ਨੇ, ਫਲ ਵੀ ਦਿੰਦੇ ਨੇ, ਅਤੇ ਜਿਹੜੀ ਉਹ ਟ੍ਰੈਫਿਕ ਦੇ ਵਿੱਚ ਵਿਘਨ ਵੀ ਪਾਉਂਦੇ।